ਤੋਂ ਕਿਧਰਲੇ ਪਾਸੇ ਬੈਂਡ ਜੁੜੇਗਾ? ਸਾਡੇ ਬਹੁਤ ਹੀ ਸਤਿਕਾਰਯੋਗ ਜੀਤਾ ਬਾਜੀ ਲਹਿੰਦਾ ਪਿੰਡ ਤੋਂ ਸਰਪੰਚ ਸਾਹਿਬ ਪਹੁੰਚੇ ਹੈ, ਉਹਨਾਂ ਦੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਰੱਖਾਂਗੇ। ਲੋਹਦਰੇ ਪਾਸੇ ਮੇਰੇ ਵੀਰੋ ਲੋਹ ਨਵੀ, ਲੋਹਦਰੇ ਪਾਸੇ ਮੰਗੀ ਦਾ ਮੇਰੇ ਵੀਰੋ ਭਤੀਜਾ ਕਹਿੰਦਾ ਲੋ ਦੇਖ ਲਈ ਡੱਕ ਲੈਣ ਦੀ ਕਰਦਾ ਹੈ ਕੋਸ਼ਿਸ਼, ਇੱਕ ਪਾਸੇ ਨਵੀ ਔਰ ਦੂਸਰੇ ਪਾਸੇ ਕਹਿੰਦਾ ਬੱਲੇ ਬੱਲੇ ਹੋਣ ਵਾਲੀ ਗੱਲ। ਦਰਜ ਵੀਰੋ ਤਾੜੀਆਂ ਮਾਰ ਦੋ, ਖੁੱਲ ਕੇ ਤਾੜੀਆਂ ਮਾਰ ਦੋ। ਲੋ ਕਹਿੰਦਾ ਮੇਰੇ ਵੀਰੋ ਬੱਲੇ ਬੱਲੇ ਕਰਾਉਂਦਾ ਹੈ, ਲੱਗ ਨੂੰ ਪਿਆ ਹੈ ਲਪੇਟਾ, ਪਰ ਸਮਾਂ ਦੱਸੇਗਾ। ਅੱਜ ਕੁਲਜੀਤੇ ਭਾਈ ਦੇ ਬੜਾ ਜ਼ੋਰ ਲੱਗਾ, ਪਰ ਪੈਂਟ ਸਮਾਂ ਦੱਸ ਰਿਹਾ ਵੀ ਪੈਂਟ ਜਿਹੜਾ ਤਾਵੀ ਦੇ ਖਾਤੇ ਵੀ ਜੁੜਦਾ ਹੋਇਆ, ਬੜਾ ਰੌਚਕ ਤੇ ਸ਼ਾਨਦਾਰ ਮੁਕਾਬਲਾ। ਲੋ ਕਾਲੇ ਬੋਲੇ ਵਾਲਾ ਅਰਸ਼ੀ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ, ਚਾਰ ਜਾਫੀ ਉਹਦੇ ਪਾਸੇ ਤਿਆਰ ਬਾਰ ਤਿਆਰ ਨੇ, ਵੱਖੋ ਵੱਖਰੇ ਸ਼ੌਂਕ ਨੇ ਕਬੱਡੀ ਦੇ ਖਿਡਾਰੀਆਂ ਦੇ। ਕੋਈ ਗੁਰੂ ਦੇ ਖੰਡੇ ਨੂੰ ਪਿਆਰ ਕਰਦਾ, ਕਿਸੇ ਦੇ ਡੋਲੇ ਤੇ ਵੜਦਾ ਸ਼ੇਰ ਗੁਰੀ, ਕਿਸੇ ਦੀ ਛਾਤੀ ਦੇ ਬਾਜ ਉਡਾਨ ਭਰਦਾ, ਕੋਈ ਫੋਟੋ ਬਣਾਉਂਦਾ ਵਿਛੜਿਆਂ ਦੀ, ਕੋਈ ਭਗਤ ਸਿੰਘ ਨੂੰ ਯਾਦ ਕਰਦਾ। ਵਧਾਉਣ ਵਾਲੇ ਆ ਸ਼ੌਂਕ ਦਾ ਮੁੱਲ ਕੋਈ ਨਾ, ਬੰਦਾ ਹਾਰ ਜਾਂਦਾ ਸ਼ੌਂਕ ਨਹੀਂ ਹਾਰਦਾ। ਅੱਜ ਰੱਬ ਰੂਪੀ ਸੰਗਤਾਂ ਪਹੁੰਚੀਆਂ ਨੇ, ਕਬੱਡੀ ਦਾ ਸ਼ੌਂਕ ਹੈ ਜੱਠਾ ਬ੍ਰਦਰ ਨੂੰ, ਸਾਰੇ ਪ੍ਰਮੋਟਰ ਸਟੇਜ ਤੇ ਬੈਠੇ ਨੇ, ਬੀਏਪੀ ਗੈਸਟ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਰੱਖਾਂਗੇ। ਲੋ ਮੰਨੀ ਤਲਵਣ ਵਾਲਾ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ, ਚਾਰ ਜਾਫੀ ਤਿਆਰ ਬਾਰ ਤਿਆਰ ਨੇ, ਸ਼ੇਰ ਨੂੰ ਕਿਹੜਾ ਸਵਾ ਸ਼ੇਰ ਟੱਕਰੇਗਾ ਆਪਾਂ ਜ਼ਿਕਰ ਕਰਾਂਗੇ। ਲੋ ਇਧਰੇ ਪਾਸੇ ਸੱਤੂ ਖਡੂਰ ਸਾਹਿਬ ਧਰਤੀ ਦਾ ਸਪੀਕਰ ਸਰਦਾਰ ਦਾ, ਲੋ ਬੱਲੇ ਬੱਲੇ ਹੋਣ ਵਾਲੀ ਗੱਲ, ਪਰ ਲਾ ਲਾ ਕੇ ਮਾਰਦਾ ਹੈ ਲੈ ਵੀ ਸੱਤੂ, ਗੱਲ ਵੱਖਰੀ ਹੈ। ਪਰ ਭੈਣ ਜਿਹੜਾ ਮਨੀ ਤਲਵਣ ਵਾਲਾ ਠੀਕ ਢੰਗ ਦਾ ਵਾਧਾ ਕਰਦਾ ਹੈ, ਆਪਣੀ ਟੀਮ ਦੇ ਖਾਤੇ ਵੀ ਚੰਕ ਜੋੜਦਾ ਹੋਇਆ। ਲੋ ਮੰਨਾ ਬਲਨ ਵਾਲਾ ਨਕੋਦਰ ਦਾ ਏਰੀਆ, ਮੱਲੀਆਂ ਦੇ ਏਰੀਆ ਦਾ ਏਰੀਆ, ਉੱਗੀ ਚਿੱਟੀ ਦਾ ਏਰੀਆ ਮੇਰੇ ਵੀਰੋ। ਲੋ ਮੰਨਾ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੈ, ਰਵੀ ਆਲੋਵਾਲ ਡੇਰੀ ਦਿਸ਼ਾ ਖੜੇ ਖੱਬੀ ਘੇਰੀ, ਜਿੰਦਰ ਕਰਦਾ ਇਸ਼ਾਰੇ ਗੱਲ ਲਾ ਦਿਓ ਕਿਨਾਰੇ, 30 ਸਕਿੰਟਾਂ ਤੇ ਸੂਈ ਰੁਕਣੀ ਹੈ, ਰੇਟਾਂ ਭਾਵੇਂ ਲੱਖ ਪੈਂਦੀਆਂ ਤੇ ਗੱਲ ਜੱਫਿਆਂ ਤੇ ਮੁੱਕਣੀ ਹੈ। ਲੋ ਜਿੱਧਰ ਜ਼ਿਆਦਾ ਜੱਫੇ ਹੋ ਗਏ ਉਧਰ ਖੇਲਦਾ। ਲੋ ਇਧਰੇ ਪਾਸੇ ਰੇਸ਼ਮ ਚੱਬੇ ਵਾਲਾ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੈ, ਲੋ ਹੁਣ ਦੇਖਾਂਗੇ ਸ਼ੇਰ ਨੂੰ ਸਵਾ ਸ਼ੇਰ ਕਿਹੜਾ ਟੱਕਰੇਗਾ ਮੇਰੇ ਵੀਰੋ। ਲੋ ਇਧਰੇ ਪਾਸੇ ਫਿਰ ਗੁਲਜ਼ਾਰੀ ਕਰਦਾ ਹੈ ਕੋਸ਼ਿਸ਼, ਲੈ ਵੀ ਲੱਕ ਨੂੰ ਪਿਆ ਹੈ ਲਪੇਟਾ, ਪਰ ਗਿੱਟਾ ਫੜਿਆ ਗੱਭਰੂ ਨੇ, ਕੌਡੀ ਕੌਡੀ ਕਰਦਾ ਹੋਇਆ। ਲੋ ਪੈਣ ਜਿਹੜਾ ਤਾਵੀ ਇੱਕ ਅੰਗ ਦਾ ਵਾਧਾ ਕਰਦਾ ਹੋਇਆ, ਆਪਣੀ ਟੀਮ ਦੇ ਖਾਤੇ ਵਿੱਚ ਅੰਕ ਜੋੜਦਾ ਹੋਇਆ। ਲੋ ਮੈਦਾਨ ਦੇ ਵਿੱਚ ਨਵੀਂ ਚੀਮੇ ਕਰਨ ਵਾਲਾ ਮੇਰੇ ਮੈਦਾਨ ਦੀ ਅਗਲੀ ਕਬੱਡੀ ਪਤਾ ਹੋਇਆ ਲੱਖੇ ਵਰਗੇ ਜੀ ਸਰ, ਮੇਜਰ ਸਿੰਘ ਜੱਠਾ ਕਬੱਡੀ ਖਿਡਾਰੀ ਢੰਡੋਵਾਲੀਆ, ਜਿਹਨੂੰ ਫਿੱਟੂ ਵੀ ਆਖਦੇ ਸਨ, ਯੂਕੇ ਜਾ ਬੱਸਿਆ, ਆ ਅਮਨੇ ਢੰਡੋਵਾਲੀਏ ਨੇ ਜੱਫਾ ਭਰਿਆ, ਉਹ ਇੰਟਰਨੈਟ ਦੇ ਉੱਪਰ ਇਹ ਮੈਚ ਦੇਖ ਰਿਹਾ ਲਾਈਵ, ਉਹਨੇ 5000 ਰੁਪਈਆ ਅਮਨੇ ਢੰਡੋਵਾਲੀਏ ਨੂੰ ਸਾਡੇ ਪਹਿਲਵਾਨ ਲੈਂਬਰ ਸਿੰਘ ਸ਼ਾਹਕੋਟੀਏ ਰਾਹੀਂ ਭੇਜੇ ਹਨ, ਮੈਂ ਉਹਦਾ ਬਹੁਤ ਧੰਨਵਾਦੀ ਹਾਂ। ਔਰ ਮਾਣ ਹੈ ਸਾਨੂੰ ਕਿ ਜਿਹੜੇ ਵੀਰ ਬਾਹਰ ਬੈਠੇ ਇਹ ਢੰਡੋਵਾਲ ਤੱਕ ਕਬੱਡੀ ਤੱਕ ਦੇਖ ਰਹੇ ਹਨ, ਉਹ ਖਿਡਾਰੀਆਂ ਵਾਸਤੇ ਪੈਸੇ ਭੇਜਦੇ ਹਨ, ਔਰ ਬਹੁਤ ਸਾਰਾ ਮਾਣ ਹੈ। ਅਸੀਂ ਇਹਨਾਂ ਸਾਰੇ ਵੀਰਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਸਾਡੇ ਸਤਿਕਾਰਯੋਗ ਲਾਡੀ ਜੀ, ਮਾਣ ਪਿਆਰ ਸਤਿਕਾਰ ਹੈ ਸਾਨੂੰ, ਅਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਸਤਿਕਾਰਯੋਗ ਹਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੋਵਾਲੀਆ ਸਾਡੇ ਸੀਨੀਅਰ ਕਾਂਗਰਸੀ ਆਗੂ ਹਨ, ਔਰ ਇਸ ਹਲਕੇ ਦੀ ਸ਼ਾਨ ਹਨ। ਔਰ ਮਾਣ ਹੈ ਸਾਨੂੰ ਬੀਟਾ ਜੀ ਅਤੇ ਸਾਡੇ ਸਤਿਕਾਰਯੋਗ ਲਾਡੀ ਜੀ ਹਰਦੇਵ ਸਿੰਘ ਜੀ ਲਾਡੂ ਸ਼ੇਰੋਵਾਲੀਆ, ਕਮਲਨਾਥ ਜੀ ਬਾਲਦੀ ਨੌਜਵਾਨ ਸਭਾ ਦੇ ਪ੍ਰਧਾਨ ਹਨ, ਉਹ ਬਹੁਤ ਸਾਰਾ ਮਾਣ ਹੈ ਸਾਨੂੰ। ਹਰਮਨ ਪਿਆਰੇ ਨੇਤਾ ਇਸ ਹਲਕੇ ਦੀ ਜਿੰਦ ਜਾਨ ਸਾਡੇ ਸੀਨੀਅਰ ਕਾਂਗਰਸੀ ਲੀਡਰ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੋਵਾਲੀਆ,
ਦਿਖਾਵੇਗਾ